2023-24 ਦਾ ਫਾਈਨੈਂਸ਼ੀਅਲ ਈਅਰ ਓਪਨ ਹੋ ਚੁੱਕਿਆ ਹੈ ਤੇ ਇਹਦੇ ਨਾਲ ਨਾਲ ਹੀ ਸਕਿੱਲ ਮਾਈਗ੍ਰੇਸ਼ਨ ਪ੍ਰੋਗਰਾਮ ਵੀ ਓਪਨ ਹੋ ਚੁੱਕਿਆ ਹੈ। ਮੋਸਟਲੀ ਸਟੇਟਸ ਓਪਨ ਹੋ ਰਹੀਆਂ ਨੇ ਜਾਂ ਹੋ ਚੁੱਕੀਆਂ ਨੇ। ਹੁਣ ਇਹਦੇ ਵਿੱਚ ਦੇਖਣ ਨੂੰ ਕੀ ਮਿਲਦਾ ਹੈ ਕਿ ਭੈਣ ਭਰਾਵਾਂ ਨੇ ਵੀ ਕਮਰ ਕੱਸ ਲਈ ਹੈ, ਆਪਣੇ 7E ਚ 8E ਚ ਸਕਿੱਲ ਅਸੈਸਮੈਂਟ 9E ਇਹ ਸਾਰੀ ਤਿਆਰੀ ਕਰ ਰਹੇ ਹੁੰਦੇ ਨੇ। ਜਿਹੜੇ ਤੇ ਭੈਣ ਭਰਾ ਨੇ ਸਿੰਗਲ, ਉਹਨਾਂ ਨੂੰ ਤਾਂ ਮਿਲਦੇ ਆ ਜੀ ਫ੍ਰੀ ਦੇ 10 ਪੁਆਇੰਟ, ਬਟ ਨੁਕਸਾਨ ਕਿਹਦਾ ਹੁੰਦਾ ਹੈ ਜਿਹੜਾ ਕਪਲ ਜਿਹੜੇ ਮਤਲਬ ਭੈਣ ਭਰਾ ਮੈਰਿਡ ਨੇ, ਬਟ ਉਹ ਨੁਕਸਾਨ ਦੀ ਭਰਪਾਈ ਦਾ ਕੋਈ ਨਾ ਕੋਈ ਹੀਲਾ ਹੈਗਾ ਹੈ। ਦੇਖਣ ਵਿੱਚ ਆਉਂਦਾ ਹੈ ਕਿ ਮੋਸਟਲੀ ਮੇਨ ਐਪਲੀਕੈਂਟ ਜਿਹੜਾ ਮੈਰਿਡ ਕਪਲ ਵਿੱਚ ਜਿਹੜਾ ਮੇਨ ਐਪਲੀਕੈਂਟ ਹੈ ਉਹੀ ਆਪਣੇ 7E ਚ 8E ਚ ਅਤੇ 9E ਦੀ ਤਿਆਰੀ ਕਰਦਾ ਹੈ। ਬਟ ਕੀ ਤੁਹਾਨੂੰ ਪਤਾ ਹੈ ਐਜ਼ ਅ ਪਾਰਟਨਰ ਤੁਸੀਂ ਵੀ ਮਿਨੀਮਮ 5 ਪੁਆਇੰਟ ਅਤੇ ਮੈਕਸੀਮਮ 10 ਪੁਆਇੰਟ ਦਾ ਯੋਗਦਾਨ ਆਪਣੇ ਪਾਰਟਨਰ ਦੀ ਪੁਆਇੰਟ ਬੇਸ ਵਿੱਚ ਪਾ ਸਕਦੇ ਹੋ। 5 ਪੁਆਇੰਟ ਕਿੱਦਾਂ ਤੁਸੀਂ ਐਡ ਕਰੋਗੇ? ਜੇ ਤੁਸੀਂ 6E ਚ ਲੈ ਲਓਗੇ ਜਾਂ PT ਚ ਕਹਿ ਲਈਏ 50E ਚ, ਅਗਰ ਤੁਸੀਂ 10 ਪੁਆਇੰਟ ਦਾ ਇਜ਼ਾਫਾ ਕਰਨਾ ਹੈ ਆਪਣੇ ਪਾਰਟਨਰ ਦੇ ਪੁਆਇੰਟ ਟੈਸਟ ਵਿੱਚ, ਫਿਰ ਤੁਹਾਨੂੰ ਕਰਾਉਣੀ ਪੈਂਦੀ ਹੈ ਆਪਣੀ ਸਟੱਡੀ ਦੀ ਸਕਿੱਲ ਅਸੈਸਮੈਂਟ। ਬਹੁਤਾਤ ਵਿੱਚ ਤੁਸੀਂ ਦੇਖਿਆ ਹੋਊਗਾ ਭੈਣ ਭਰਾਵਾਂ ਨੇ ਜਿਹੜੇ ਕਿ ਪਾਰਟਨਰਸ ਨੇ, ਸੈਕੰਡਰੀ ਐਪਲੀਕੈਂਟਸ ਨੇ, ਉਹਨਾਂ ਨੇ ਇੰਡੀਆ ਤੋਂ ਜਾਂ ਓਵਰਸੀਜ਼ ਤੋਂ ਕਹਿ ਲਓ ਬੈਚਲਰ ਆਫ ਕਮਰਸ, ਬੈਚਲਰ ਆਫ ਇੰਜੀਨੀਅਰਿੰਗ ਜਾਂ ਕੁਛ ਇੱਦਾਂ ਦੀਆਂ ਸਟੱਡੀਜ਼ ਕੀਤੀਆਂ ਹੁੰਦੀਆਂ ਨੇ, ਜਾਂ ਉਹਨਾਂ ਨੇ 485 ਦੇ ਦੌਰਾਨ ਆਪਣੀ ਹੋਰ ਕੋਈ 1 ਸਾਲ ਜਾਂ 2 ਸਾਲ ਦੀ ਕੋਈ ਸਟੱਡੀ ਕੀਤੀ ਹੁੰਦੀ ਹੈ ਜਿਹਦੀ ਸਕਿੱਲ ਅਸੈਸਮੈਂਟ ਹੋ ਜਾਂਦੀ ਹੈ। ਮੈਂ ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ ਹਾਂ, ਜਿੱਦਾਂ ਸਾਡੇ ਕੋਲ ਵੀਰ ਜੀ ਆਏ ਨੇ, ਇਹਨਾਂ ਨੇ ਇੰਡੀਆ ਤੋਂ ਬੈਚਲਰ ਆਫ ਅਕਾਊਂਟਿੰਗ ਕੀਤੀ ਹੋਈ ਹੈ, ਬੈਚਲਰ ਆਫ ਕਮਰਸ ਜਿਹਨੂੰ ਆਪਾਂ ਇੰਡੀਆ ਵਿੱਚ ਕਹਿ ਦਿੰਦੇ ਹਾਂ। ਇਹਨਾਂ ਨੇ ਹੁਣ ਅਸੈਸਮੈਂਟ ਬਾਡੀ ਤੋਂ ਆਪਣੀ ਅਸੈਸਮੈਂਟ ਕਰਵਾਈ ਅਤੇ ਹੁਣ ਇਹਨਾਂ ਦੇ 6E ਤੋਂ ਜ਼ਿਆਦਾ ਸਕੋਰ ਵੀ ਨੇ, ਇਹਨਾਂ ਦੀ ਅਸੈਸਮੈਂਟ ਵੀ ਹੋ ਗਈ ਹੈ, ਹੁਣ ਆਪਣੇ ਪਾਰਟਨਰ ਦੀ ਪੁਆਇੰਟਸ ਵਿੱਚ 10 ਪੁਆਇੰਟ ਦਾ ਇਜ਼ਾਫਾ ਕਰਨਗੇ। ਸੋ ਵੀਰੋ ਭੈਣੋ, ਅਗਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਹੋਰ ਇਹਦੇ ਬਾਰੇ ਜਾਣਕਾਰੀ ਚਾਹੀਦੀ ਹੈ, ਤੁਸੀਂ ਆਪਣੇ ਨੀਅਰੈਸਟ ਬਾਜੋ ਇਮੀਗ੍ਰੇਸ਼ਨ ਦੇ ਆਫਿਸ ਜਾਓ। ਮੈਂ ਹਾਂ ਮਨਦੀਪ, ਬਾਜੋ ਇਮੀਗ੍ਰੇਸ਼ਨ ਟਾਰਨੇਟ ਤੋਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।